ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਤੋੜ ਚੜਾਇਆ। ਪੰਜਾਬ ਦੇ ਲੋਕਾਂ ਨੂੰ ਸਭ ਤੋਂ ਸਸਤੀ ਤੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕੀਤਾ। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਇਤਿਹਾਸ ਵਿਚ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ, ਜਦੋਂ 600 ਯੂਨਿਟ ਬਿਜਲੀ ਮੁਫ਼ਤ ਦਾ ਐਲਾਨ ਕੀਤਾ ਗਿਆ, ਜਿਸ ਦਾ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਪਹੁੰਚਿਆ। ਇਹੀ ਕਾਰਨ ਹੈ ਕਿ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ, 90% ਘਰਾਂ ਨੂੰ ਉਹਦਾ ਫਾਇਦਾ ਹੋਇਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਰਮਨਦੀਪ ਜ਼ੀਰਕਪੁਰ ਤੋਂ। ਮੈਂ CM ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ 600 ਯੂਨਿਟ ਮਾਫ਼ ਕੀਤੀ। ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਰਕਾਰ ਆਉਣ 'ਤੇ ਸਾਡਾ ਬਿਜਲੀ ਦਾ ਬਿੱਲ ਮਾਫ਼ ਹੋਇਆ। 600 ਯੂਨਿਟ ਸਾਨੂੰ ਮਾਫ਼ ਹੈ, ਜਿਸਦਾ ਕਿ ਬਿੱਲ ਬਹੁਤ ਜ਼ਿਆਦਾ ਆਉਂਦਾ ਸੀਗਾ। ਉਸੇ ਬਿੱਲ ਦੀ ਬੱਚਤ ਦੇ ਨਾਲ ਅਸੀਂ ਆਪਣੇ ਹੋਰ ਕੰਮ ਕਰਦੇ ਹਾਂ। ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ। ਸਤਿ ਸ਼੍ਰੀ ਅਕਾਲ, ਮੈਂ ਰਿਤੂ ਰਾਣੀ, ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ 600 ਯੂਨਿਟ ਫ੍ਰੀ ਦਿੱਤੇ ਹਨ। ਉਸਦੇ ਨਾਲ ਸਾਡੇ ਬਿਜਲੀ ਦੇ ਖਰਚੇ ਵਿੱਚ ਬਹੁਤ ਫਰਕ ਪਿਆ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ TV ਤੇ। ਪਿਛਲੇ ਦਿਨੀ ਖਡੂਰ ਸਾਹਿਬ ਦੇ ਸੰਸਦ ਅੰਮ੍ਰਿਤਪਾਲ ਦੇ ਭਰਾ ਨੂੰ ਅੰਮ੍ਰਿਤ ਹਰਪ੍ਰੀਤ ਨੂੰ ਤੇ ਲਵਪ੍ਰੀਤ ਨੂੰ ਜਲੰਧਰ ਤੋਂ ਲੁਧਿਆਣੇ ਤੋਂ ਜਲੰਧਰ ਆਉਂਦੇ ਸਮੇਂ ਹਾਈਟੈਕ ਨਾਕੇ ਤੇ ਫਲੋਰ ਵਿਖੇ ਗ੍ਰਿਫਤਾਰ ਕੀਤਾ ਸੀਗਾ, ਤੇ ਇਸ ਵੇਲੇ ਤਸਵੀਰਾਂ ਜਲੰਧਰ ਮਾਨਯੋਗ ਅਦਾਲਤ ਦੇ ਪਰਿਸਰ ਦੀਆਂ ਹੈਗੀਆਂ ਨੇ, ਜਿੱਥੇ ਕਿ ਉਸ ਨੂੰ ਲਿਆਂਦਾ ਗਿਆ। ਕਿਉਂਕਿ ਪਿਛਲੇ ਦਿਨੀ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਹਰਪ੍ਰੀਤ ਤੇ ਲਵਪ੍ਰੀਤ ਨੂੰ, ਉਦੋਂ ਇਹਨਾਂ ਨੂੰ ਫਲੋਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਤੇ ਇਹਨਾਂ ਕੋਲੋਂ ਅਦਾਲਤ ਕੋਲੋਂ ਰਿਮਾਂਡ ਮੰਗਿਆ ਗਿਆ ਸੀ, ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਉਦੋਂ ਰਿਮਾਂਡ ਨਹੀਂ ਦਿੱਤਾ ਗਿਆ ਸੀਗਾ। ਤੇ ਹੁਣ ਹਰਪ੍ਰੀਤ ਨੂੰ ਦੁਬਾਰਾ ਹਰਪ੍ਰੀਤ ਤੇ ਲਵਪ੍ਰੀਤ ਨੂੰ ਦੁਬਾਰਾ ਜਲੰਧਰ ਦੀ ਸੈਸ਼ਨ ਕੋਰਟ 'ਚ ਲਿਆਂਦਾ ਗਿਆ, ਜਿੱਥੇ ਕਿ ਰਿਮਾਂਡ ਦੀ ਅਰਜ਼ੀ ਦਾਖਲ ਕੀਤੀ ਗਈ ਹੈ ਫਲੋਰ ਪੁਲਿਸ ਵੱਲੋਂ। ਤੇ ਦੱਸਦੀ ਹੈ ਕਿ ਇਹਨਾਂ ਨੂੰ ਇਹਨਾਂ ਕੋਲੋਂ ਜਦੋਂ ਗ੍ਰਿਫਤਾਰ ਕੀਤਾ ਸੀ ਉਦੋਂ ਇਹਨਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਸੀਗੀ। ਉਦੋਂ ਤਰਕ ਦਿੱਤਾ ਗਿਆ ਸੀ ਕਿ ਜਿਹੜੀ ਕੁਆਂਟਿਟੀ ਹੈਗੀ ਹੈ ਕਮਰਸ਼ੀਅਲ ਕੁਆਂਟਿਟੀ ਘੱਟ ਹੈਗੀ, ਜਿਸ ਕਰਕੇ ਰਿਮਾਂਡ ਅਦਾਲਤ ਵੱਲੋਂ ਨਹੀਂ ਦਿੱਤਾ ਗਿਆ ਸੀ। ਪਰ ਪੁੱਛ ਗਿੱਛ ਕਰਨ ਲਈ ਇਹਨਾਂ ਦਾ ਰਿਮਾਂਡ ਪੁਲਿਸ ਨੂੰ ਜ਼ਰੂਰੀ ਹੈਗਾ, ਜਿਹਦੇ ਕਰਕੇ ਦੁਬਾਰਾ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲਿਸ ਨੇ ਵਧੀਕ ਸੈਸ਼ਨ ਜੱਜ ਕੋਲ ਫੌਜਦਾਰੀ ਰਿਵੀਜ਼ਨਲ ਅਰਜ਼ੀ ਦਾਖਲ ਕੀਤੀ ਗਈ ਹੈ, ਜਿਹਦੇ ਕਰਕੇ ਅੱਜ ਸੁਣਵਾਈ ਹੋਈ ਹੈ ਔਰ ਕੁਝ ਹੀ ਸਮੇਂ ਦੇ ਵਿੱਚ ਬਾਅਦ ਇਹਨਾਂ ਨੂੰ ਬਾਹਰ ਲਿਆਂਦਾ ਜਾਣਾ ਹੈ ਔਰ ਇੱਥੋਂ ਫਲੋਰ ਸ਼ਿਫਟ ਕੀਤਾ ਜਾਣਾ ਹੈ। ਔਰ ਕਿੰਨਾ ਰਿਮਾਂਡ ਮਿਲਿਆ ਹੈ, ਪੁਲਿਸ ਦਾ ਕੀ ਕਹਿਣਾ ਹੈ, ਤੇ ਹਰਪ੍ਰੀਤ ਤੇ ਲਵਪ੍ਰੀਤ ਜਿਹੜੇ ਅਰੈਸਟ ਕੀਤੇ ਗਏ ਆ ਸਾਂਸਦ ਅੰਮ੍ਰਿਤਪਾਲ ਦੇ ਭਰਾ, ਉਹਨਾਂ ਦੇ ਵਕੀਲ ਦਾ ਕੀ ਕਹਿਣਾ ਹੈ, ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ। ਪਰ ਫਿਲਹਾਲ ਜਿਨ੍ਹਾਂ ਕੋਲੋਂ ਇਹਨਾਂ ਨੇ ਆਈਸ ਡਰੱਗ ਖਰੀਦੀ ਗਈ ਸੀਗੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਰਿਮਾਂਡ ਉਹਨਾਂ ਦਾ ਹਾਸਲ ਕੀਤਾ ਗਿਆ। ਦੇਖੋ ਜੀ, ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ,
ਦੇਖੋ ਜੀ, ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਇਸ ਕੇਸ ਨੂੰ, ਠੀਕ ਹੈ ਜੀ। ਫਲੋਰ ਜਿਹੜਾ ਐਜੂਕੇਸ਼ਨ ਮੈਜਿਸਟਰ ਸਾਹਿਬ ਦੇ ਰਿਮਾਂਡ ਨਹੀਂ ਸੀ ਮਿਲਿਆ ਉਹਨਾਂ ਨੂੰ, ਇਹਨਾਂ ਨੇ ਫਿਰ ਬਾਅਦ 'ਚ ਰਿਵੀਜ਼ਨ ਕੀਤੀ ਇੱਥੇ। ਹੁਣ ਅਸੀਂ ਆਰਗਿਊ ਕਰਕੇ ਆਏ ਜੀ, ਇਹਦੇ 'ਚ ਬੰਦੇ ਵੀ ਸਾਰੇ ਇੱਥੇ ਪੇਸ਼ ਲਿਆਏ, ਪ੍ਰੋਡਕਸ਼ਨ ਰਨ 'ਤੇ ਲਿਆਏ ਸੀ ਕਰਦੇ। ਇੱਕ ਬਹੁਤ ਬੋਗਸ ਫੈਕਟਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ 'ਤੇ ਪਾਇਆ ਗਿਆ, ਸਿਰਫ ਇਸ ਕਰਕੇ ਕਿ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ, ਅਤੇ ਇਹਨਾਂ ਨੂੰ ਮਤਲਬ ਡਿਫੇਮ ਕਰਨਾ ਚਾਹੁੰਦੇ ਪੂਰੀ ਫੈਮਿਲੀ ਨੂੰ। ਸਰ ਰਿਮਾਂਡ ਦਾ ਆਰਡਰ ਇਹਨਾਂ ਨੇ ਰਿਜ਼ਰਵ ਰੱਖਿਆ ਹੋਇਆ ਜੀ, ਅਤੇ ਆਰਗੂਮੈਂਟਸ ਹੋ ਗਏ ਨੇ, ਆਰਡਰ ਰਿਜ਼ਰਵ ਆ, ਆਰਡਰ ਥੋੜ੍ਹੀ ਦੇਰ ਤੱਕ ਪਤਾ ਲੱਗ ਜਾਏਗਾ ਜੀ। ਸਰ ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ, ਹਾਂਜੀ। ਪੁਲਿਸ ਦਾ ਕਹਿਣਾ ਜਿਹੜਾ ਮੌਕੇ ਤੋਂ ਜਿਹੜੇ ਬਰਾਮਦੀ ਦੀ ਸਮਾਨ ਹੋਇਆ, ਕਿਸਨੇ ਨਸ਼ਾ ਲਾਈਟਰ ਵੀ ਬਰਾਮਦ ਕੀਤਾ ਗਿਆ, ਉਹ ਵੀ ਮੌਕੇ ਤੋਂ ਗ੍ਰਿਫਤਾਰ ਕਿਹੜਾ ਪੁਲਿਸ ਵੱਲੋਂ ਰੇਡ ਕਰਕੇ ਕੀਤਾ ਗਿਆ। ਸਰ ਦੇਖੋ ਜੀ, ਜਿਹੜਾ ਮੌਕੇ ਤੋਂ ਜੀ ਮੇਰੀ ਕੈਮਰੇ ਦੇਖੋ ਯਾਰ ਜੀ ਜੀ ਹਾਂਜੀ ਯਾਰ, ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ, ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈ ਇਹਨਾਂ ਨੇ, ਫਲੋਰ ਦੀ ਅਕਰੈਂਸ ਬਣਾਈ, ਫਲੋਰੋਂ ਚੱਕਿਆ ਹੀ ਨਹੀਂ। ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਆ, ਜੋ ਦੋਨਾਂ ਮੁਲਜ਼ਮਾਂ ਨਾਲ ਗੱਲਬਾਤ ਹੋਈ ਆ, ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ। ਇਹਨਾਂ ਨੂੰ ਫੋਲੋ ਕਰਦੀ ਆ ਰਹੀ ਸੀ ਗੱਡੀ ਕੋਈ, ਜੋ ਇਹਨਾਂ ਨੇ ਮੈਨੂੰ ਦੱਸਿਆ ਫੋਲੋ ਕਰਦੀ ਗੱਡੀ ਆ ਰਹੀ ਸੀ, ਅਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ 'ਚ ਇੰਡਲਜ ਕਰਨ ਦੀ ਸਿਰਫ ਨਹੀਂ ਜੀ ਨਹੀਂ, ਲਾਟੋਵਾਲ ਟੋਲ ਪਲਾਜ਼ਾ ਕੱਟ ਕੇ ਅੱਗੇ ਫਲੋਰ ਤੇ ਕਿਰਾਇਆਂ ਦੇ ਵਿੱਚ, ਜਿੱਥੇ ਕਹਿ ਰਹੇ ਜੀ ਕਿ ਪੱਧਰੇ ਸੜਕ ਤੇ ਇਹ ਨਸ਼ਾ ਕਰ ਰਹੇ ਸੀ। ਨਸ਼ਾ ਕਰਨਾ ਜਿਹਨੇ ਪੱਧਰੇ ਸੜਕ ਤੇ ਥੋੜੀ ਕਰੂਗਾ, ਇੱਕ ਸਮਝਣ ਵਾਲੀ ਗੱਲ ਆ। ਦੇਖੋ ਰਿਪੋਰਟ ਪੋਜ਼ਿਟਿਵ, ਉਹਦਾ ਵੀ ਮੈਂ ਜਵਾਬ ਦਿੰਦਾ। ਉਹਦੇ 'ਚ ਇਹ ਆ, ਜਿਹੜਾ ਹਰਪ੍ਰੀਤ ਸਿੰਘ ਆ, ਇਹ ਜਿਮ ਦਾ ਟਿਕਟਾ ਜਿਮ ਜਾਂਦਾ, ਉਹਦੇ 'ਚ ਥੋੜੇ ਬਹੁਤੇ ਸਟੀਰੋਇਡਸ ਲੈਂਦਾ, ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ 'ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਉਣਾ ਹੀ ਆਉਣਾ। ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ। ਦੂਸਰੀ ਗੱਲ, ਜਿਹੜਾ ਆਪਣਾ ਕੀ ਨਾਮ ਲਵਪ੍ਰੀਤ ਸਿੰਘ ਆ, ਲਵਪ੍ਰੀਤ ਸਿੰਘ ਦਾ ਵੀ ਇਹੀ ਆ, ਉਹ ਵੀ ਸਟੀਰੋਇਡ ਵਗੈਰਾ ਲੈਂਦਾ, ਦੋਨੋਂ ਹੀ ਸਟੀਰੋਇਡ ਲੈਂਦੇ ਆ, ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ। ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ, ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇੰਟੋਕਸੀਕੈਂਟ, ਪਾਊਡਰ ਇੰਟੋਕਸੀਕੈਂਟ ਪਾਊਡਰ ਲਿਖਿਆ ਇਹਨਾਂ ਨੇ। ਮੀਨ ਵਾਈਲ ਐਸ ਐਸ ਪੀ ਸਾਹਿਬ ਕਾਨਫਰੰਸ ਲਾ ਰਹੇ ਆ ਕਿ ਆਈਸ ਡਰੱਗ ਮਿਲਿਆ, ਉਹ ਸਾਲਟ ਦਾ ਰਿਪੋਰਟ ਤਾਂ ਆਈ ਨੀ, ਇਹਨਾਂ ਨੂੰ ਕਿੱਦਾਂ ਪਤਾ ਆਈਸ ਮਿਲਿਆ। ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸ ਲਿਖਿਆ, ਐਫ ਆਈ ਆਰ ਤੇ ਇਹਨਾਂ ਦਾ ਰਿਮਾਂਡ ਪੇਪਰ, ਦੋਨੋਂ ਕੰਟਰਾਡਿਕਟ ਹੋ ਰਹੇ ਆ। ਪੇਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ, ਪੇਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ, ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਕੀਤਾ। ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ, ਲੁਧਿਆਣੇ ਦਾ ਜੀ ਸੰਦੀਪ ਅਰੋੜਾ ਫੜਿਆ ਗਿਆ। ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ, ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁਲਜ਼ਮਾਂ ਦੇ ਖਿਲਾਫ, ਕਿਉਂਕਿ ਅੰਮ੍ਰਿਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ। ਮੋਰ ਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ ਅਰੋੜਾ ਫੜਿਆ, ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੇ ਫੜਿਆ ਗਿਆ, ਉਹ ਕੰਜ਼ੰਪਸ਼ਨ ਤੇ ਸਾਨੂੰ ਫੜਿਆ, ਨਾ ਕਿ ਸਾਨੂੰ ਮੁਲਤੀ ਅਪਲਾਈ ਕੀਤੀ ਸੀ ਉਸਨੇ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਛ ਹੋਰ ਮਿਲਦਾ। ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡਿਫੇਮ ਕੀਤਾ, ਹੋਰ ਕੁਛ ਨਹੀਂ ਇਸ ਕੇਸ 'ਚ। ਇਹ ਟੋਟਲੀ ਬੋਗਸ ਕੇਸ ਆ,
ਜਦੋਂ ਅੱਗੇ ਟਰਾਇਲ ਚੱਲਣਾ, ਇੱਕ ਮਿੰਟ ਮੈਂ ਗੱਲ ਪੂਰੀ ਕਰ ਲਾਂ, ਜਦੋਂ ਟਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਗਸ ਕੇਸ, ਨਥਿੰਗ ਐਲਸ। ਜੀ ਸਾਹਿਬ, ਆਖਰੀ ਸਵਾਲ ਹੈਗਾ, ਰਿਮਾਂਡ ਕਿੰਨਾ ਮੰਗਿਆ ਹੈਗਾ ਤੇ ਜੱਜ ਸਾਹਿਬ ਦੇ ਆਰਡਰ ਕੀ ਹੈ? ਦੇਖੋ ਜੀ, ਰਿਮਾਂਡ ਇਹਨਾਂ ਨੇ ਮੰਗਿਆ ਸੀਗਾ 10 ਦਿਨ ਦਾ, ਜੱਜ ਸਾਹਿਬ ਦੇ ਆਰਡਰ ਜੋ ਹੈਗੇ ਉਹ ਆ ਜਾਣਗੇ ਥੋੜੀ ਦੇਰ ਤੁਹਾਡੇ ਸਾਹਮਣੇ। ਕਿੰਨੇ ਦਿਨ ਦਾ ਜਿਹੜਾ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ? ਦੇਖੋ, ਕੋਰਟ ਦਾ ਆਰਡਰ ਆ ਜੋ ਕੋਰਟ ਕਰੇਗੀ ਉਹ ਮਨਜ਼ੂਰ ਕਰਨਾ ਪਏਗਾ, ਪਰ ਕੋਰਟ ਨੇ ਹਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਹੈਗਾ ਜੀ। ਜੋ ਆਰਡਰ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ। ਹਾਂਜੀ, ਕੋਰਟ ਕੀ ਰਿਮਾਂਡ ਦਿੰਦੀ ਹੈ, ਕਿੰਨੇ ਦਿਨ ਦਾ ਦਿੰਦੀ ਹੈ, ਆਉਣ ਵਾਲਾ ਸਮਾਂ ਦੱਸੇਗਾ। ਪਰ ਜੋ ਸੋਰਸਿਸ ਦੱਸ ਰਹੇ ਨੇ ਕਿ 2 ਦਿਨ ਦਾ ਰਿਮਾਂਡ ਮਾਨਯੋਗ ਅਦਾਲਤ ਨੇ ਦਿੱਤਾ ਹੈਗਾ, ਔਰ ਵਕੀਲ ਸਾਹਿਬ ਨੇ ਇਹ ਵੀ ਤਰਕ ਦਿੱਤਾ ਕਿ ਭਾਈ ਅੰਮ੍ਰਿਤਪਾਲ ਦੇ ਨਾਲ ਰਿਲੇਸ਼ਨ ਹੋਣ ਕਰਕੇ ਇਹਨਾਂ ਨੂੰ ਫਸਾਇਆ ਜਾਏ, ਬੋਗਸ ਕੇਸ ਜਿਹੜਾ ਹੈਗਾ ਉਹ ਇਹਨਾਂ ਤੇ ਦਰਜ ਕੀਤਾ ਗਿਆ ਹੈਗਾ। ਔਰ ਕੀ ਰਿਮਾਂਡ ਦਿੰਦੀ ਅਦਾਲਤ, ਮਾਨਯੋਗ ਅਦਾਲਤ ਵੱਲੋਂ ਕੀ ਆਰਡਰ ਦਿੱਤੇ ਜਾਂਦੇ ਨੇ, ਕੀ ਉਹਨਾਂ ਵੱਲੋਂ ਕਿਹਾ ਜਾਂਦਾ, ਆਉਣ ਵਾਲਾ ਸਮੇਂ ਦੱਸੇਗਾ। ਪਰ ਫਿਲਹਾਲ ਇਸ ਖਬਰ ਤੇ ਅਸੀਂ ਅਪਡੇਟ ਲਗਾਤਾਰ ਦਿੰਦੇ ਰਹਾਂਗੇ। ਧੰਨਵਾਦ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।